ਕਈ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਡਿਟੇਨ ਕੀਤੇ ਗਏ ਸੀ। ਕਾਕਾ ਸਿੰਘ ਸਾਡੇ ਨਾਲ ਨੇ ਸਿੱਧੂਪੁਰ ਜਥੇਬੰਦੀ ਤੋਂ, ਭਾਰਤੀ ਕਿਸਾਨ ਯੂਨੀਅਨ। ਅੱਜ ਸਾਰਾ ਦਿਨ ਕਿੱਥੇ ਸੀ ਜਾਂ ਧਰਨੇ ਵਿੱਚ ਲੇਟ ਦੇਰੀ ਨਾਲ ਕਿਉਂ ਪੁੱਜਦੇ ਨੇ, ਕਿੱਥੇ ਕਿੱਥੇ ਰੋਕਾਂ ਲੱਗੀਆਂ, ਸਾਰੀਆਂ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਅਨਾਊਂਸਮੈਂਟ ਹੋ ਗਈ ਸੀ ਕਿ 3 ਤਰੀਕ ਨੂੰ ਸੰਗਰੂਰ ਘੇਰਨਾ, ਅੱਜ ਸਾਰੇ ਦਿਨ ਦੇ ਵਿੱਚ ਤੁਹਾਡੇ ਨਾਲ ਕੀ ਬੀਤਿਆ ਉਹ ਜ਼ਰੂਰ ਦੱਸੋ। ਸਾਡੇ ਨਾਲ ਜਿਹੜੇ 2 ਦਿਨਾਂ ਦਾ ਰਾਬਤਾ ਕਾਇਮ ਕੀਤਾ ਸੀ ਪੰਜਾਬ ਸਰਕਾਰ ਨੇ, ਕੁਛ ਅਧਿਕਾਰੀਆਂ ਨੇ, ਉਹਨਾਂ ਨੇ ਗੱਲਬਾਤ ਬਰਨਾਲੇ ਦੇ ਵਿੱਚ ਹੁੰਦੀ ਰਹੀ ਹੈ। ਸਾਨੂੰ ਵਿਸ਼ਵਾਸ ਇਹ ਦਵਾਇਆ ਸੀ ਕਿ 3 ਤਰੀਕ ਦੇ ਪ੍ਰੋਗਰਾਮ ਤੋਂ ਪਹਿਲਾਂ ਭਾਨਾ ਸਿੱਧੂ ਨੂੰ ਰਿਹਾ ਕਰ ਦਿਆਂਗੇ। ਸਾਡੀ ਸ਼ਰਤ ਸੀ ਕਿ ਅਸੀਂ ਜ਼ਮਾਨਤ ਨਹੀਂ ਕਰਾਉਣੀ, ਬਿਨਾਂ ਸ਼ਰਤ ਨੂੰ ਰਿਹਾ ਕਰੋ, ਸਾਨੂੰ ਕੋਈ ਮੀਟਿੰਗ ਦੀ ਵੀ ਲੋੜ ਨਹੀਂ, ਜੇ ਛੱਡ ਦਿਓਗੇ ਤਾਂ ਠੀਕ ਹੈ, ਅਸੀਂ 3 ਜਿਹੜਾ ਤਰੀਕ ਦਾ ਪ੍ਰੋਗਰਾਮ ਦਿੱਤਾ ਇਹ 'ਤੇ ਵਿਚਾਰਿਆ ਜਾ ਸਕਦਾ। ਪਰ ਇਹਨਾਂ ਨੇ ਉਹ ਛੱਡਣ ਦੀ ਬਜਾਏ ਕੱਲ੍ਹ ਦੀ 2 ਤਰੀਕ ਨੂੰ ਸਾਡੇ ਜਿੰਨੇ ਵੀ ਪੰਜਾਬ ਦੇ ਇਸ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਸੀ, ਖਾਸ ਕਰਕੇ ਸਾਡੇ ਜਿਹੜੇ ਦੋਨੇ ਫੋਰਮਾਂ ਦੇ ਆਗੂ ਸੀ, ਇਹਨਾਂ ਨੇ ਰਾਤ ਦੀ ਘਰਾਂ ਦੇ ਵਿੱਚ ਪੁਲਿਸ ਖੜਾ ਕੇ ਉਹਨਾਂ ਦੇ ਰੇੜਾ ਮਾਰੀਆਂ। ਕੁਛ ਕਿਸਾਨ ਉੱਥੋਂ ਪਾਸੇ ਹੋ ਗਿਆ, ਕੁਛ ਕਿਸਾਨ ਗ੍ਰਿਫਤਾਰ ਕੀਤੇ ਆ, ਕੁਝ ਵਰਕਰ ਵੀ ਸਾਡੇ ਥਾਣਿਆਂ ਦੇ ਵਿੱਚ ਨੇ। ਇਹਨਾਂ ਨੇ ਜਿਹੜਾ ਮੇਰਾ ਪਿੰਡ ਕੋਡਾ ਕੋੜਿਆਂ ਵਾਲਾ ਉਹ ਸਾਰਾ ਇਹਨਾਂ ਨੇ ਸੀਲ ਕੀਤਾ ਹੋਇਆ ਸੀ, ਰਸਤੇ ਸੀਲ ਕੀਤੇ ਹੋਏ ਸੀ। ਉਹ ਮੈਂ ਧੰਨਵਾਦ ਹਾਂ ਸਾਡੇ ਪਿੰਡ ਦੇ, ਸਾਡੇ ਨਗਰ ਦੇ, ਜਿਹਨੇ ਸਾਰੇ ਤੜਕੇ ਇਕੱਠੇ ਹੋ ਕੇ ਉਹ ਸਾਰੇ ਪਿੰਡ ਦੇ ਵਿੱਚੋਂ ਪੁਲਿਸ ਪਿੱਛੇ ਹਟਾਈ ਆ, ਰਸਤੇ ਖਲਾਏ ਆ, ਅਤੇ ਵੱਡੀ ਗਿਣਤੀ ਦੇ ਵਿੱਚ ਆ ਕੇ ਰੋਡ ਜਾਮ ਕੀਤਾ ਮੰਡੀ ਕਲਾਂ ਦੇ ਵਿੱਚ। ਜਦੋਂ ਉੱਥੇ ਰੋਡ ਜਾਮ ਕੀਤਾ ਸਾਡੀ ਗਿਣਤੀ ਵੀ, ਅਸੀਂ ਫਿਰ ਉੱਥੋਂ ਐਲਾਨ ਕੀਤਾ ਕਿ ਅਸੀਂ ਸੰਗਰੂਰ ਵੱਲ ਜਾਵਾਂਗੇ, ਤਾਂ ਉੱਥੋਂ ਅਸੀਂ 40 ਕੁ ਮਿੰਟ ਚੱਲੇ ਹੋਵਾਂਗੇ, ਰਾਮਪੁਰਾ ਫੂਲ ਦੇ ਵਿੱਚ ਆ ਕੇ ਸਾਨੂੰ ਫਿਰ ਰੋਕ ਲਿਆ। ਤੁਹਾਡਾ ਪੁਲਿਸ ਨਾਲ ਟਾਕਰਾ ਰਾਮਪੁਰੇ ਆ ਕੇ ਹੁੰਦਾ? ਰਾਮਪੁਰੇ ਵੀ ਹੁੰਦਾ, ਮੰਡੀ ਕਲਾਂ ਦੇ ਵਿੱਚ ਵੀ ਹੁੰਦਾ। ਅਸੀਂ ਉੱਥੇ ਗੱਲਬਾਤ, ਫਿਰ SSP ਸਾਡਾ ਬਠਿੰਡਾ ਉਹਦੇ ਨਾਲ ਗੱਲਬਾਤ ਚਲਾਈ, ਉਹਨਾਂ ਨੇ 2 ਘੰਟੇ ਸਾਨੂੰ ਰੋਕੀ ਰੱਖਿਆ ਕਿ ਗੱਲਬਾਤ ਚੱਲਦੀ ਆ, ਅਸੀਂ ਕੋਈ ਗੱਲ ਨਹੀਂ ਗੱਲਬਾਤ ਚੱਲ ਜੇ। ਉਸੇ ਥਾਂ ਡਿਟੇਨ ਕਰ ਲਿਆ ਸੀ ਜਾਂ ਥਾਣੇ ਲੈ ਗਏ ਸੀ ਤੁਹਾਨੂੰ? ਥਾਣੇ 'ਚ ਨਹੀਂ ਲੈ ਕੇ ਗਏ, ਪਾਸੇ ਥਾਣੇ ਤੋਂ ਅਸੀਂ ਸਾਈਡ 'ਤੇ ਰਹੇ ਹਾਂ, ਉੱਥੇ ਆਪਣੇ ਕੈਂਚੀਆਂ 'ਤੇ, ਮੋੜ ਕੈਂਚੀਆਂ 'ਤੇ, ਉੱਥੇ ਦਫ਼ਤਰ ਸਾਡੀ ਮੀਟਿੰਗ ਚੱਲਣ ਜਾਏ 2-2.5 ਘੰਟੇ ਉੱਥੇ ਰੱਖਿਆ। ਪਰ ਸਾਡੀ ਜਿਹੜੀ ਗਿਣਤੀ ਹੈ ਲੋਕਾਂ ਦੀ ਵੱਧਦੀ ਰਹੀ, ਪਤਾ ਲੱਗਦਾ ਰਿਹਾ ਕਿ ਪੁਲਿਸ ਕੋਸ਼ਿਸ਼ ਕਰੂਗੀ ਇਹਨਾਂ ਨੂੰ ਨਿਖੇੜੂਗੀ। ਸੰਗਰੂਰ ਬੇਸ਼ੱਕ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਨਾ ਸਹੀ, ਪਰ 200-300 ਮੀਟਰ ਦੀ ਦੂਰੀ 'ਤੇ ਹਾਈਵੇ ਜਿਹੜਾ ਜਾਮ ਹੋਇਆ ਪਿਆ, ਹੁਣ ਵੀ ਪੰਜਾਬ ਦੇ ਲੋਕ ਜਿਹੜੇ ਨਹੀਂ ਇੱਥੇ ਆਏ ਉਹਨਾਂ ਦੀਆਂ ਨਜ਼ਰਾਂ ਹੈ ਕਿ ਇਹ ਧਰਨਾ 1 ਦਿਨ ਦਾ, ਇਹ ਧਰਨਾ ਅਣਮਿੱਥੇ ਸਮੇਂ ਦਾ, ਪ੍ਰੋਗਰਾਮ ਕੀ ਬਣਿਆ ਹੁਣ ਤੱਕ ਜੋ ਗੱਲਾਂ ਹੋਈਆਂ? ਧਰਨਾ ਤਾਂ ਨਾ 1 ਦਿਨ ਦਾ ਸੀ ਨਾ ਅਣਮਿੱਥੇ ਸਮੇਂ ਦਾ ਸੀ। ਧਰਨੇ ਦੀ ਮੰਗ ਹੈ ਕਿ ਬਿਨਾਂ ਸ਼ਰਤ ਨੌਜਵਾਨ ਨੂੰ ਰਿਹਾ ਕਰੋ, ਧਰਨਾ ਲਾਉਣ ਦੀ ਸਾਨੂੰ ਲੋੜ ਹੀ ਨਹੀਂ ਸੀ। ਹੁਣ ਇਹ ਸਰਕਾਰ 'ਤੇ ਹੈ ਨਿਰਭਰ, ਇਹ ਕਿੰਨਾ ਚਿਰ ਧਰਨਾ ਚਲਵਾਉਣਾ, ਕਿੰਨਾ ਚਿਰ ਉਹਨੂੰ ਅੰਦਰ ਰੱਖਣਾ। ਜੇ ਆ ਹੁਣ ਵੀ ਛੱਡ ਦਿੰਦੇ ਆ, ਅਸੀਂ ਧਰਨੇ ਦੀ ਸਮਾਪਤੀ ਕਰਾਂਗੇ, ਨਹੀਂ ਇਹ ਜਿਹੜਾ ਧਰਨਾ ਚੱਲਣਾ। ਜਿਹੜੀ ਗੱਲਬਾਤ ਹੋਈ ਆ ਕੀ ਹੋਈ ਆ, ਕੀ ਕਹਿੰਦਾ ਪ੍ਰਸ਼ਾਸਨ? ਸਾਡੇ ਨਾਲ ਅਜੇ ਗੱਲਬਾਤ ਕੋਈ ਨਹੀਂ, ਹੁਣੇ ਹਜੇ ਜਿਹੜੇ ਸਾਨੂੰ ਮੈਸੇਜ ਆਇਆ, ਗੱਲਬਾਤ ਹੁਣ ਸ਼ੁਰੂ ਹੋਊਗੀ। ਅਸੀਂ ਹੁਣ ਸਾਰੇ ਆਗੂ ਇਕੱਠੇ ਹੁੰਦੇ ਹਾਂ, ਇਹ 'ਤੇ ਵਿਚਾਰ ਕਰਦੇ ਹਾਂ, ਕਿਉਂਕਿ ਅਸੀਂ ਤਾਂ ਆਏ ਹਜੇ ਹੋਣਾ। ਮਤਲਬ ਸੰਭਾਵਨਾ ਬਣੀ ਹੋਈ ਹੈ ਕਿ ਇਹ ਰਾਤ ਵੀ ਇੱਥੇ ਬੀਤ ਸਕਦੀ ਹੈ ਸੜਕ 'ਤੇ? ਮੈਂ ਕਹਿੰਦਾ ਵੀ ਕੱਲ੍ਹ ਦਾ ਦਿਨ ਵੀ ਲੱਗ ਸਕਦਾ, ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਸਰਕਾਰ 'ਤੇ, ਖਾਸ ਕਰਕੇ ਭਗਵੰਤ ਮਾਨ 'ਤੇ, ਕਿਉਂਕਿ ਇੱਕ ਪਾਸੇ ਸਾਡੇ ਨਾਲ ਗੱਲ ਚਲਾਉਂਦਾ, ਦੂਜੇ ਪਾਸੇ ਘਰਾਂ 'ਚ ਸਾਨੂੰ ਬੰਦ ਕਰਦਾ, ਤਾਂ ਉੱਧਰੋਂ ਜਿਹੜੀ ਸਖਤੀ ਐਂ ਬਣਾ ਛੱਡਿਆ ਸੰਗਰੂਰ, ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਜਾਂਦੇ ਹੁੰਦੇ ਹਾਂ ਮਟਕਾ ਚੌਂਕ ਨੂੰ, ਸਾਰੀਆਂ ਸੜਕਾਂ ਸੀਲ ਕੀਤੀਆਂ ਹੋਈਆਂ ਨੇ, ਟੋਲ ਪਲਾਜ਼ਾ ਸੀਲ ਕੀਤਾ ਹੋਇਆ, ਸਾਡੇ ਬਜ਼ੁਰਗਾਂ 'ਤੇ ਲਾਠੀ ਚਾਰਜ ਕੀਤਾ, ਪਰ ਬਜ਼ੁਰਗਾਂ ਦਾ ਹੌਸਲਾ ਆਰ ਨਾਕੇ ਤੋੜ ਕੇ ਇੱਥੇ ਆਏ ਨੇ। ਇਸ ਕਰਕੇ ਮੈਂ ਸਾਰੇ ਜਿੰਨੇ ਵੀ ਲੋਕ ਇੱਥੇ ਆਏ ਨੇ ਉਹਨਾਂ ਨੂੰ ਸਾਬਰ ਦੇ ਨਾਲ ਵਧੀਆ ਜਾਬਤੇ 'ਚ ਰਹਿ ਕੇ, ਸ਼ਾਂਤਮਈ ਰਹਿ ਕੇ, ਇਹ ਬਿਨਾਂ ਸ਼ਰਤ ਜਿਹੜੀ ਸਾਡੀ ਮੰਗ ਹੈ ਉਹਨੂੰ ਰਿਹਾ ਕਰਾਉਣ ਦੀ ਲੋੜ ਹੈ। ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਆ ਨੌਜਵਾਨਾਂ ਦੇ ਨਾਂ ਇਹਨੂੰ ਭੜਕਾ ਕੇ, ਇਹਨਾਂ ਨੂੰ ਬਦਨਾਮ ਕਰਕੇ ਕੋਈ ਰੰਗ 'ਤੇ ਇਹਨੂੰ ਹੋਰ ਦਿੱਤੀ ਜਾਵੇ। ਤਾਂ ਇਸ ਕਰਕੇ ਮੇਰੀ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਕਿ ਉਹਨਾਂ ਨੇ ਦਿਨ ਰਾਤ ਕੱਢ ਕੇ ਲਗਾਤਾਰ ਰਿਹਾ ਕਿ ਮੈਸੇਜ ਤਾਂ ਸਰਕਾਰ ਨੇ ਉਹਦੇ ਪੜ੍ਹ ਲੈਣਾ ਸੀ, ਜਿਹਦੇ ਉਹਦੇ ਪਿੰਡ ਕੋਟ ਦੁਨਾਂ ਦੇ ਵਿੱਚ ਹਜ਼ਾਰਾਂ ਦਾ ਇਕੱਠ ਹੋਇਆ ਸੀ, ਪਰ ਇਸ ਇਕੱਠ ਨੂੰ
ਉਲਟ ਲੈ ਕੇ ਗਈ ਹੈ। ਪਤਾ ਨਹੀਂ ਜਾਂ ਸਾਡੀ ਨੌਜਵਾਨੀ ਨੂੰ ਦਿਖਾਉਣਾ ਚਾਹੁੰਦੀ ਹੈ ਸਰਕਾਰ ਕਿ ਹਜੇ ਇੰਨੇ ਕੁ ਜਿਉਂਦੇ ਹੈ, ਇਹਨਾਂ ਨੂੰ ਕੁੱਟਣਾ ਮਾਰਨਾ ਇਹ ਕੀ ਮੈਸੇਜ ਕੇਂਦਰ ਨੂੰ ਦੇਣਾ ਚਾਹੁੰਦੇ ਆ, ਇਹਦੇ ਪਤਾ ਨਹੀਂ ਕੀ ਅਰਥ ਹੈ। ਇਹ ਆਉਣ ਵਾਲਾ ਸਮਾਂ ਦੱਸੂ, ਪਰ ਸਾਡੀ ਮੰਗ ਹੈ ਕਿ ਉਸ ਨੌਜਵਾਨ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਸਾਡੇ ਨਾਲ ਇਹ ਕਿਸਾਨ ਆਗੂ ਨੇ ਗੱਲਬਾਤ ਕੀਤੀ ਹੈ ਕਿ ਧਰਨਾ ਕਿਸੇ ਵੀ ਵੇਲੇ ਤੱਕ ਕਿੱਥੇ ਵੀ ਚੱਲ ਸਕਦਾ ਹੈ, ਕਿਉਂਕਿ ਹਾਲੇ ਪ੍ਰਸ਼ਾਸਨ ਨਾਲ ਗੱਲਬਾਤ ਹਾਲੇ ਵੀ ਚੱਲਣੀ ਹੈ। ਦੇਖਦੇ ਹਾਂ ਕਿ ਧਰਨਾ ਕਦੋਂ ਤੱਕ ਜਾਰੀ ਰਹੇਗਾ, ਪਰ ਇਹਨਾਂ ਨੇ ਕਿਹਾ ਜਦੋਂ ਤੱਕ ਬਿਨਾਂ ਸ਼ਰਤ ਰਿਹਾਈ ਨਹੀਂ ਹੁੰਦੀ ਭਾਨਾ ਸਿੱਧੂ ਦੀ, ਇਸੇ ਤਰ੍ਹਾਂ ਅਸੀਂ ਇਸ ਸੜਕ ਦੇ ਉੱਤੇ ਬੈਠੇ ਰਹਾਂਗੇ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਸੰਗਰੂਰ।